के टाइम ही कुछ ऐसा आ गया है, कई यार बंदे नूं कुदरत उस मोड़ ते खिलार दिंदी है जिथे कित सोचा भी ना हो। पर यह आ भी कबड्डी छड के जिहड़ी खेलनी है एक दौरा जन्मी है, मुश्किलों का बहुत वड्डा सामना करना पै रहा है। कज मार दिए फड़ के ये सोच गलत है, ये जहाज नहीं उड़न वाला। बड़ी जी है एक बहुत औखी है, कोई प्लेयर पुछता नहीं बाद, क्योंकि प्लेयर एक अपना आप वेच के ही ग्राउंड च जाने वाला हिसाब हो गया। यह गल करते हैं एक कदी ना प्लेयर गल करो भी कोई नशा करके, जोड़ा नशा करता उन्होंने जरूर कहो। पर मैं कहना हाँ भी जी गलती हो गई है तो आप सारे ना गलत हो तगड़े हो गए, मेहनत करो चंकी खुराक खाओ ग्राउंड आप जड़े आर दी आप राह छड़ते। ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦਾ ਨਿਊਜ਼ ਵੇਵ ਚੈਨਲ ਦੇ ਵਿੱਚ, ਔਰ ਮੈਂ ਹਾਂ ਓਮਕਾਰ ਸਿੰਘ। ਔਰ ਦੋਸਤੋ ਤੁਹਾਨੂੰ ਯਾਦ ਹੋਏਗਾ ਕਿ ਸਮਾਂ ਪਹਿਲਾਂ ਅਸੀਂ ਇੱਕ ਇੰਟਰਵਿਊ ਕੀਤਾ ਸੀ ਜਿਸ ਵਿੱਚ ਅਸੀਂ ਦਿਖਾਇਆ ਸੀ ਕਬੱਡੀ ਦੇ ਇੱਕ ਮਹਾਨ ਖਿਡਾਰੀ ਨੂੰ, ਉਹਦੇ ਜੀਵਨ ਦੀਆਂ ਸਾਰੀਆਂ ਉਪਲਬਧੀਆਂ ਨੂੰ, ਔਰ ਇਹ ਕਿਸ ਤਰ੍ਹਾਂ ਕੁਛ ਜੀਵਨ ਦੇ ਵਿੱਚ ਉਹਦੇ ਅਜਿਹੀ ਘਟਨਾ ਹੋਈ ਜਿਸ ਕਰਕੇ ਉਹ ਥੋੜ੍ਹਾ ਜਿਹਾ ਜਿਹੜਾ ਉਹਨਾਂ ਦਾ ਜੀਵਨ ਦਾ ਬਦਲਾਅ ਹੋਇਆ ਅਤੇ ਉਹਨਾਂ ਦੇ ਜਿਹੜੇ ਖੇਡਣ ਦਾ ਜਨੂੰਨ ਸੀ ਥੋੜ੍ਹਾ ਘੱਟ ਗਿਆ। ਲੇਕਿਨ ਸਾਡੇ ਉਸ ਇੰਟਰਵਿਊ ਦੀ ਬਦੌਲਤ, ਲੋਕਾਂ ਦੇ ਉਤਸ਼ਾਹ ਦੀ ਬਦੌਲਤ ਅਤੇ ਲੋਕਾਂ ਦੇ ਪਿਆਰ ਦੀ ਬਦੌਲਤ ਅੱਜ ਉਹ ਕਬੱਡੀ ਦਾ ਖਿਡਾਰੀ ਫਿਰ ਸੁਰਜੀਤ ਹੋ ਚੁੱਕਿਆ ਅਤੇ ਫਿਰ ਤੋਂ ਮੈਚ ਖੇਡਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਤੋਂ ਆਪਣੇ ਜਿਹੜੇ ਸਾਹਮਣੇ ਦੇ ਖਿਡਾਰੀ ਨੇ ਉਹਨਾਂ ਦੇ ਸਾਹ ਸੁਕਾਉਣੇ ਸ਼ੁਰੂ ਕਰ ਦਿੱਤੇ ਨੇ। ਮੈਂ ਗੱਲ ਕਰ ਰਿਹਾ ਜੀ ਬਿਲਕੁਲ ਮੱਤਾ ਗੁਰਦਾਸਪੁਰੀਆ ਦੀ, ਤੁਹਾਨੂੰ ਯਾਦ ਹੋਏਗਾ ਜੋ ਅਸੀਂ ਇੰਟਰਵਿਊ ਕੀਤਾ ਸੀ। ਮੇਰੇ ਨਾਲ ਨੇ ਅੱਜ ਮੱਤਾ ਗੁਰਦਾਸਪੁਰੀਆ ਜੀ, ਬਹੁਤ ਬਹੁਤ ਸਵਾਗਤ ਹੈ ਮੱਤਾ ਜੀ ਤੁਹਾਡਾ। ਦਿਲੋਂ ਧੰਨਵਾਦ ਕਰਦਾ ਟੀਮ ਦਾ ਜਾਂ ਜਿਹੜੇ ਫਿਰ ਮੇਰੇ ਵਾਸਤੇ ਟਾਈਮ ਕੱਢ ਕੇ ਆਏ, ਅਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਮਤਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਅੱਜ ਫਿਰ ਇੱਕ ਮੌਕਾ ਦਿੱਤਾ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ। ਔਰ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਇਹ ਕਬੱਡੀ ਦੇ ਇੱਕ ਬਹੁਤ ਬੁਲੰਦ ਸਿਤਾਰੇ ਦੇ ਨਾਲ ਫਿਰ ਰੂਬਰੂ ਹੋਏ ਹਾਂ, ਅਤੇ ਕਿੱਦਾਂ ਦਾ ਲੱਗ ਰਿਹਾ ਮਤਾ ਜੀ ਹੁਣ ਤੁਹਾਨੂੰ ਫਿਰ ਤੋਂ ਇੱਕ ਵਾਰ ਫਿਰ ਤੋਂ ਮੈਦਾਨ ਵਿੱਚ ਆ ਕੇ? ਬਹੁਤ ਵਧੀਆ ਲੱਗ ਰਿਹਾ ਜੀ। ਪਹਿਲਾਂ ਤਾਂ ਸਾਰੇ ਜਿੰਨੇ ਮੈਨੂੰ ਪਿਆਰ ਕਰਨ ਵਾਲੇ ਸਰੋਤੇ, ਜਿਨ੍ਹਾਂ ਦੀਆਂ ਅਰਦਾਸਾਂ ਸਦਕਾ ਇੱਥੋਂ ਤੱਕ ਫਿਰ ਉਹਨਾਂ ਨੇ ਮੈਨੂੰ ਖੜ੍ਹਾ ਕੀਤਾ, ਉਹਨਾਂ ਦੀਆਂ ਅਰਦਾਸਾਂ ਪਰਮਾਤਮਾ ਨੇ ਮਨਜ਼ੂਰ ਕੀਤੀਆਂ, ਅਤੇ ਹੁਣ ਤਾਂ ਇੱਕ ਇਹੋ ਜਿਹਾ ਮਹਿਸੂਸ ਹੋ ਰਿਹਾ ਕਿ ਜਿੱਦਾਂ ਮੈਨੂੰ ਪਹਿਲਾਂ ਵਾਲਾ ਹਿਸਾਬ ਹੀ ਹੋ ਗਿਆ ਵੀ ਮੈਂ ਕਬੱਡੀ ਛੱਡੀ ਨਹੀਂ ਸੀ ਵਿੱਚ, ਜੇ ਤਾਂ ਖੇਡਦਾ ਹੀ ਰਿਹਾ ਮੈਂ। ਇਹੋ ਜਿਹੀ ਖੁਸ਼ੀ ਮੈਨੂੰ ਦਰਸ਼ਕਾਂ ਨੇ ਦਿੱਤੀ ਆ, ਅਤੇ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਉਹਨਾਂ ਭੈਣ ਭਰਾਵਾਂ ਦਾ ਜਿਹੜੇ ਮੈਨੂੰ ਪਿਆਰ ਕਰਦੇ ਆ, ਅਤੇ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ, ਅਤੇ ਬਾਰ ਪਾਸ਼ਾ ਬਖਸ਼ੇ ਸੱਚੇ ਪਾਤਸ਼ਾਹ ਦੇ, ਮੇਰੇ ਤਾਂ ਇਹੋ ਹੀ ਅਰਦਾਸ ਹੈ ਜੀ। ਔਰ ਤੁਸੀਂ ਸਾਹਮਣੇ ਦੇਖ ਰਹੇ ਹੋ ਉਸ ਜਨੂੰਨ ਨੂੰ, ਔਰ ਸਾਨੂੰ ਬਹੁਤ ਵਧੀਆ ਵੀ ਲੱਗ ਰਿਹਾ ਕਿ ਜਿਹੜਾ ਅਸੀਂ ਇੱਕ ਕਬੱਡੀ ਦਾ ਸਿਤਾਰਾ ਸੀ, ਅਸੀਂ ਸੋਚ ਰਹੇ ਸੀ ਕਿ ਅਸੀਂ ਉਸ ਕਬੱਡੀ ਦੇ ਸਿਤਾਰੇ ਨੂੰ ਕਿਤੇ ਕਿਤੇ ਅੱਖਾਂ ਤੋਂ ਓਹਲੇ ਕਰ ਚੁੱਕੇ ਹਾਂ ਜਾਂ ਖੋ ਚੁੱਕੇ ਹਾਂ, ਪਰ ਉਹ ਕਬੱਡੀ ਦਾ ਸਿਤਾਰਾ ਇੱਕ ਵਾਰ ਫਿਰ ਤੋਂ ਮੈਦਾਨ ਵਿੱਚ ਆ ਚੁੱਕਿਆ ਹੈ। ਅੱਜ ਵੀ ਜਿਹੜਾ ਜਨੂੰਨ ਹੈ ਕਬੱਡੀ ਦਾ, ਉਹ ਪਹਿਲਾਂ ਵਰਗਾ ਹੀ ਜਨੂੰਨ ਹੈ ਜਾਂ ਉਹ ਥੋੜ੍ਹਾ ਜਿਹਾ ਕੁਛ ਢਿੱਲਾ ਪੈ ਗਿਆ ਜਨੂੰਨ? ਨਹੀਂ ਨਹੀਂ ਜੀ, ਇਹ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਵੀ ਉਹ ਪਹਿਲਾਂ ਵਰਗੇ ਜੀ, ਜੇ ਢਿੱਲਾ ਪਿਆ ਹੁੰਦਾ ਤਾਂ ਹੋ ਸਕਦਾ ਵੀ ਅੱਜ ਜੋ ਆ ਸਰੀਰ ਦੀ ਫਿਟਨੈਸ ਆ ਜਾਂ ਇਹ ਆ, ਅਤੇ ਇੱਦਾਂ ਨਾ ਹੁੰਦਾ। ਕਿਉਂ ਕਿ ਜੇ ਮੈਂ ਪ੍ਰੈਕਟਿਸ ਕਰਦਾ ਤਾਂ ਪ੍ਰੈਕਟਿਸ ਮੇਰੀ ਵੈਸੇ ਫਰਕ ਤਾਂ ਹੁੰਦਾ, ਇਹ ਨਹੀਂ ਅਸੀਂ ਕਹਿੰਦੇ ਵੀ ਫਰਕ ਨਹੀਂ ਪੈਂਦਾ, ਪੈਂਦਾ ਫਰਕ, ਪਰ ਕੋਸ਼ਿਸ਼ ਹੁੰਦੀ ਆ ਕਿ ਮੈਂ ਫਿਰ ਪਹਿਲਾਂ ਵਾਂਗੂ ਹੀ ਪ੍ਰੈਕਟਿਸ ਕਰਾਂ, ਉਨੇ ਜ਼ੋਰ 'ਚ ਕਰਾਂ, ਉਨੀ ਹੀ ਕਰਾਂ ਜਿੱਦਾਂ। ਪਰ ਅਰੇ ਹੌਲੀ ਹੌਲੀ ਪਰਮਾਤਮਾ ਦੀ ਕਿਰਪਾ ਨਾਲ ਮਿਹਰ ਹੋਏਗੀ, ਵਧੇਗੀ ਪ੍ਰੈਕਟਿਸ ਵੱਧ ਤੋਂ ਵੱਧ, ਅਤੇ ਬਾਕੀ ਜਿਹੜੀ ਖੁੰਦਕ ਆ ਉਹ ਹੀ ਡਰ ਦੇ ਵਿੱਚ। ਜਿੱਦਾਂ ਕਿ ਮਤੇ ਵੀਰ ਨੇ ਕਿਹਾ ਕਿ ਜਿਹੜੀ ਮੇਰੀ ਖੁੰਦਕ ਆ ਕਬੱਡੀ ਦੀ ਉਹ ਮੇਰੇ ਮਨ ਦੇ ਵਿੱਚ ਉਹੀ ਹੈ,
और बाकी निरंतर इन्हां दी जिहड़ियां कोशिशां ने और जारी रहणगियां खेतां विच जाके फिर उही मेहनत करनी उही अपने रोह दे बालियां नूं चुक चुक मारना सारी खुंदक इन्हां दी पहले वर्गी है और सानूं बहुत खुशी भी अज हो रही है। और मत्ता जी जिदा कि साडी टीम नूं असीं रिसर्च करके पता कीता कि जिहड़ा तुसीं फिर तो जिहड़ी शुरुआत कीती है ओह बाबा बुढ़ा जी दे रामदास तो ही कीती है फिर कृपा उत्थों ही होई पहला भी सब तो तुहानूं दस्सिया हैगा वी उहदा भी कृपा उत्थों ही होई तो परमात्मा वल्लों ही बाबा जी ने फिर अपने मेरिया कुछ गलतियां जां ला लो अपने आप च मैं समझिया मैनूं बच गया बलत के अपने दर ते सद के फिर मेरी शुरुआत करती ते कोई तुहाडा धन्नवाद है जिन्हां ने लासे रीति कोई दर्श करदे भी जो मेरा मन इह बन्ने नूं होया ਵੀ ਠੀਕ ਆ ਭਾਈ ਇਹ ਵਧੀਆ ਪ੍ਰੈਕਟਿਸ ਕਰਕੇ ਕਰੀਆ ਕੁਝ ਕਰਕੇ ਦਿਖਾਈ ਆ ਦਰਸ਼ਕ ਇੰਨਾ ਪਿਆਰ ਕਰਦੇ ਆ ਇੰਨਾ ਸਭ ਕੁਝ ਚਾਹੁੰਦੇ ਆ ਵੀ ਮਤਾ ਖੇਡੇ ਮਤਾ ਕਹਿ ਦਿੰਦਾ ਪਰ ਖੇਡਦਾ ਨਹੀਂ ਆ। ਔਰ ਮੇਰੇ ਵੀਰ ਨੇ ਮਤਾ ਜੀ ਨੇ ਫਿਰ ਦੱਸਿਆ ਕਿ ਬਾਬਾ ਬੁੱਢਾ ਜੀ ਦੀ ਉਹਨਾਂ 'ਤੇ ਕਿਰਪਾ ਹੋ ਚੁੱਕੀ ਹੈ ਔਰ ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਫਿਰ ਤੋਂ ਬੁਲਾਇਆ ਹੈ ਆਪਣੀ ਜ਼ਿੰਦਗੀ ਦੀ ਜਿਹੜੀ ਦੋਹਰੀ ਵਪਾਰੀ ਉੱਥੋਂ ਹੀ ਸ਼ੁਰੂ ਕਰਨ ਵਾਸਤੇ ਔਰ ਮੱਤਾ ਜੀ ਨੇ ਉੱਥੋਂ ਸ਼ੁਰੂ ਵੀ ਕੀਤਾ ਔਰ ਸਾਨੂੰ ਪਤਾ ਹੈ ਕਿ ਉੱਥੇ ਵੀ ਮੱਤਾ ਜੀ ਨੇ ਆਪਣਾ ਪਹਿਲਾ ਵਰਗਾ ਜਨੂੰਨ ਵਿਖਾਇਆ ਔਰ ਬੜੇ ਹੀ ਦਿਲ ਦੇ ਨਾਲ ਖੇਡੇ ਅਤੇ ਆਪਣੇ ਜਿਹੜੇ ਸਾਹਮਣੇ ਵਾਲੇ ਖਿਡਾਰੀਆਂ ਦੇ ਇੱਕ ਵਾਰੀ ਫਿਰ ਪਸੀਨੇ ਸੁੱਕਣੇ ਕੀਤੇ। ਔਰ ਮੱਤਾ ਜੀ ਜਿਹੜਾ ਮੇਰਾ ਅਗਲਾ ਸਵਾਲ ਆ ਮੈਦਾਨ ਵਿੱਚ ਜਾ ਕੇ ਪਹਿਲਾਂ ਤਾਂ ਤੁਹਾਨੂੰ ਪਤਾ ਹੈ ਕਿ ਕਿੱਦਾਂ ਦਾ ਲੱਗ ਰਿਹਾ ਅਤੇ ਲੋਕਾਂ ਦਾ ਜਿਹੜਾ ਹੁਣ ਨਜ਼ਰੀਆ ਹੈ ਉਹ ਕਿਸ ਤਰ੍ਹਾਂ ਦਾ ਤੁਹਾਡੇ ਪ੍ਰਤੀ ਹੈ ਪਹਿਲਾਂ ਵਰਗਾ ਨਜ਼ਰੀਆ ਜਾਂ ਕੁਛ ਚੇਂਜ ਹੋ ਚੁੱਕਿਆ ਨਜ਼ਰੀਆ ਲੋਕਾਂ ਦਾ? ਮੈਦਾਨ ਦੇ ਵਿੱਚ ਜਾ ਕੇ ਜਿਹੜਾ ਤੁਸੀਂ ਪਹਿਲਾਂ ਉਹ ਤੇ ਇੱਕ ਰੁਤਬਾ ਹੈ ਵੀ ਘੋੜੀ ਨੱਚਦੀ ਹੈ ਜਿੱਦਾਂ ਇਹ ਇਤਨੀ ਥੋੜਾ ਚੇਂਜ ਤੇ ਹੋਇਆ ਵੀ ਉਹ ਏਦਾਂ ਹੀ ਮੈਦਾਨ ਦੇ ਵਿੱਚ ਵੀ ਜਿੱਦਾਂ ਘੋੜੀ ਨੱਚਦੀ ਪਈ ਆ ਵੀ ਏਦਾਂ ਆਹੀ ਪੱਬਾਂ ਦੇ ਨਾਲ ਇੰਨਾ ਫੁੱਟਵਰਕ ਕਰਨਾ ਇੰਨਾ ਮਤਲਬ ਵੀ ਵਾਰਮਅਪ ਕਰਨਾ ਕਿ ਪਤਾ ਲੱਗਦਾ ਹੈ ਵੀ ਬੰਦੇ ਜਾਪੀਆਂ ਨੂੰ ਅੰਦਰ ਕੁਝ ਕੁਝ ਹੁੰਦਾ ਹੈ ਵੀ ਇਹ ਬੰਦਾ ਅੱਜ ਕੁਝ ਕਰੂਗਾ। ਪਰ ਹੁਣ ਥੋੜ੍ਹਾ ਜਿਹੜਾ ਢਲਿਆ ਵਾ ਪਰ ਕੁਛਦਾ ਕੋਈ ਗੱਲ ਨਹੀਂ ਪਰਮਾਤਮਾ ਨੇ ਸਭ ਅੰਗ ਭਾਰ ਜੋ ਉਹਨੇ ਸਹੀ ਸਲਾਮਤ ਆ ਅਤੇ ਬਾਕੀ ਮਿਹਨਤ ਦੀ ਗੱਲ ਆ ਉਸੇ ਰੁਤਬੇ 'ਤੇ ਆਵਾਂਗੇ ਅਤੇ ਬਾਕੀ ਸਾਰੇ ਪਲੇਅਰ ਖੇਡਣ ਆਉਂਦੇ ਆ ਮੈਂ ਸਾਰੇ ਪਲੇਅਰਾਂ ਦਾ ਇਹ ਭਲਾ ਚਾਹੁੰਦਾ ਹਾਂ ਵੀ ਪਰਮਾਤਮਾ ਹਰ ਇੱਕ ਪਲੇਅਰ ਨੂੰ ਵੀ ਇਹਨਾਂ ਸੱਟਾਂ ਤੋਂ ਬਚਾ ਕੇ ਰੱਖੇ ਅਤੇ ਵਧੀਆ ਖੇਡੇ। ਮੈਂ ਇਹ ਨਹੀਂ ਆਪਣੀ ਅਰਦਾਸ ਕਰਦਾ ਹਾਂ ਵੀ ਜਾਂ ਮੈਂ ਵਧੀਆ ਖੇਡਾਂ ਹੋਰ ਕੋਈ ਨਹੀਂ ਮੈਂ ਸਭ ਹੀ ਪਲੇਅਰਾਂ ਦੀ ਚਾਹੁੰਦਾ ਹੈਗਾ ਹਰ ਇੱਕ ਪਲੇਅਰ ਨੂੰ ਜਿਹੜਾ ਇੱਕ ਵੱਡੀ ਜਿਹੜੀ ਹੈ ਇੱਕ ਬਹੁਤ ਔਖੀ ਆ ਕੋਈ ਪਲੇਅਰ ਨੂੰ ਪੁੱਛਦਾ ਨਹੀਂ ਬਾਅਦ ਦੇ ਵਿੱਚ ਕਿਉਂਕਿ ਪਲੇਅਰ ਇੱਕ ਆਪਣਾ ਆਪ ਵੇਚ ਕੇ ਹੀ ਗਰਾਊਂਡ 'ਚ ਜਾਣ ਵਾਲਾ ਹਿਸਾਬ ਹੋ ਗਿਆ ਹੈਗਾ ਜੀ। ਔਰ ਮੱਤਾ ਜੀ ਨੇ ਇੱਕ ਬੜੀ ਵਧੀਆ ਗੱਲ ਕੀਤੀ ਹੈ ਕਿ ਉਹਨਾਂ ਦੇ ਅਜੇ ਸਾਰੇ ਹੱਡ ਕਾਇਮ ਨੇ ਸਰੀਰ 'ਚ ਜਾਨ ਹੈ ਅਤੇ ਮੈਦਾਨ ਵਿੱਚ ਜਾ ਕੇ ਉਹਨਾਂ ਨੂੰ ਅੱਜ ਵੀ ਉਹ ਰੁਤਬਾ ਅੱਜ ਵੀ ਉਹ ਜੋਸ਼ ਲੱਗਿਆ ਕਿ ਹਾਂ ਮੈਂ ਜਿੰਨੇ ਤੱਕ ਮੇਰੇ ਹੱਡ ਕਾਇਮ ਨੇ ਮੈਂ ਕਬੱਡੀ ਖੇਡਦਾ ਰਹਾਂਗਾ ਅਤੇ ਮੈਦਾਨ ਹੀ ਮੇਰੀ ਸ਼ਾਨ ਹੈ ਅਤੇ ਮੈਦਾਨ ਹੀ ਮੇਰੀ ਜਾਨ ਹੈ। ਔਰ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਕਿ ਦੇਖੋ ਜਿਸ ਤਰ੍ਹਾਂ ਤੁਹਾਡੇ ਨਾਲ ਜੀਵਨ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਜਿਹੜੇ ਕੁਛ ਹਾਦਸੇ ਹੋਏ ਉਹਨਾਂ ਹਾਦਸਿਆਂ ਕਰਕੇ ਤੁਸੀਂ ਕਿਸੇ ਤਰ੍ਹਾਂ ਦੇ ਨਸ਼ਿਆਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਸੀ ਪਰ ਹੁਣ ਮੇਰਾ ਵੀਰ ਫਿਰ ਤੋਂ ਇੱਕ ਪੂਰੇ ਸੁਡੋਲ ਸਰੀਰ ਦੇ ਨਾਲ ਫਿਰ ਕਬੱਡੀ 'ਚ ਖੇਡਣਾ ਸ਼ੁਰੂ ਕਰ ਦਿੱਤਾ ਵਾ ਹੁਣ ਉਸ ਦੌਰ ਦੇ ਵਿੱਚੋਂ ਨਿਕਲ ਕੇ ਉਸ ਨਸ਼ਿਆਂ ਦੇ ਵਿੱਚੋਂ ਨਿਕਲ ਕੇ ਕਿੱਦਾਂ ਦਾ ਲੱਗ ਰਿਹਾ ਮੱਤਾ ਜੀ ਸਾਡੇ ਦਰਸ਼ਕਾਂ ਨੂੰ ਦੱਸੋ ਜੀ? ਬਹੁਤ ਵਧੀਆ ਲੱਗ ਰਿਹਾ ਉਹ ਕੋਈ ਜ਼ਿੰਦਗੀ 'ਤੇ ਨਹੀਂ ਸੀ ਅਤੇ ਬਾਕੀ ਇਹ ਸੀਗਾ ਕਿ ਟਾਈਮ ਹੀ ਕੁਝ ਐਸਾ ਆ ਗਿਆ ਸੀ ਕਈ ਵਾਰ ਬੰਦੇ ਨੂੰ ਕੁਦਰਤ ਉਸ ਮੋੜ 'ਤੇ ਖਿਲਾਰ ਦਿੰਦੀ ਹੈ ਜਿੱਥੇ ਕਿਤੇ ਸੋਚਿਆ ਵੀ ਨਾ ਹੋਵੇ ਪਰ ਬਹੁਤਾ ਚਿਰ ਵੀ ਨਹੀਂ ਕੁਦਰਤ ਉਹ ਮੋੜ 'ਤੇ ਰੱਖਦੀ ਉਹ ਪਰਮਾਤਮਾ ਬਦਲ ਦਿੰਦਾ ਵਾ ਸਮਾਂ ਅਤੇ ਵਧੀਆ ਲੱਗ ਰਿਹਾ ਅਤੇ ਇਹ ਆ ਵੀ ਆਪਣੇ ਆਪ ਨੂੰ ਮੈਂ ਹੋਰ ਚਾਹੁੰਦਾ ਕਿ ਪਰਮਾਤਮਾ ਵੀ ਵਧੀਆ ਹੋਰ ਠੀਕ ਹੋਵਾ ਹੋਰ ਜਿਹੜੇ ਕੋਈ ਕਰਦਾ ਉਹਨਾਂ ਦਾ ਵੀ ਛੱਡਣ ਅਤੇ ਪਰਿਵਾਰ 'ਚ ਖੁਸ਼ੀ ਤਰੀਕੇ ਨਾਲ ਰਹਿਣ ਅਤੇ ਚੱਜਣਾ ਅਤੇ ਆਪਣਾ ਘਰ ਵਸਾਉਣ ਸਾਰੇ ਘਰ ਕਾਜ ਨਸ਼ਿਆਂ ਨਾਲ ਘਰ ਉੱਜਣ ਡੇ ਆ ਪਰ ਇਹਦੀ ਇਹ ਗੱਲ ਨਹੀਂ ਮੈਂ ਕਰਦਾ ਕਿ ਮੈਂ ਇੱਥੇ ਗੱਲ ਕਰ ਰਿਹਾ ਅਤੇ ਮੈਂ ਉੱਥੇ ਜਾ ਕੇ ਨਸ਼ਾ ਕਰਦਾ ਹੋਵਾਂ ਭਾਵੇਂ ਨਹੀਂ ਮੈਂ ਇਹੋ ਹੀ ਵੀ ਕੋਈ ਗੱਲ ਨਹੀਂ ਜੇ ਕੋਟ ਵੜ ਗਿਆ ਵਾ ਅਤੇ ਆਪਾਂ ਆਪ ਤਗੜੇ ਹੋ ਕੇ ਹੱਲਾ ਮਾਰੀਏ ਇਹਨੂੰ ਚੀਜ਼ਾਂ ਨੂੰ ਛੱਡੀਏ। ਔਰ
ਮੱਤਾ ਜੀ ਨੇ ਇੱਕ ਬੜੀ ਹੀ ਵਧੀਆ ਇੱਕ ਸੁਨੇਹਾ ਦਿੱਤਾ ਔਰ ਮੈਸੇਜ ਦਿੱਤਾ ਕਿ ਜਿਹੜੀ ਕੁਦਰਤ ਹੈ ਉਹ ਬੜੀ ਬਲਵਾਨ ਹੈ। ਕਈ ਵਾਰੀ ਕੁਦਰਤ ਦੇ ਕਾਰਨ ਹੀ ਕੋਈ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਜਿਹੜੀਆਂ ਕਿ ਇਨਸਾਨ ਐਕਸੈਪਟ ਨਹੀਂ ਕਰਦਾ ਜਾਂ ਇਨਸਾਨ ਜਿਹੜਾ ਹੁੰਦਾ ਕਿ ਉਹਨਾਂ ਨੂੰ ਸੋਚ ਵੀ ਨਹੀਂ ਰਿਹਾ ਹੁੰਦਾ ਉਹਨਾਂ ਬਾਰੇ, ਪਰ ਜਾਣੇ ਅਣਜਾਣੇ ਉਹ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ। ਉਹ ਜਿਹੜਾ ਟੀਮਾਂ ਇੰਨੀਆਂ ਕੁ ਫੱਬਦੀਆਂ ਸੀ, ਜੀ ਕਰਦਾ ਸੀਗਾ ਕੋਈ ਪੱਲੇ ਇੱਕ ਆਪ ਮੈਂ ਪਲੇਅਰ ਹੋ ਕੇ ਅਤੇ ਮੈਂ ਆਪ ਵੇ ਜੇ ਦੂਜੀ ਟੀਮ ਦਾ ਮੈਚ ਚੱਲਦਾ ਜੀ ਕਰਦਾ ਵੇਖੀ ਜਾਈਏ ਵੀ ਯਾਰ ਕਿੱਡੇ ਸੋਹਣੇ ਸੋਹਣੇ ਸਰੀਰ ਆ ਮੁੰਡਿਆਂ ਦੇ, ਭਾਵੇਂ ਸੱਕ ਆਪਣਾ ਵੀ ਸਰੀਰ ਉੱਦਾਂ ਦਾ ਸੀ ਵੀ ਇਹ ਇੰਨਾ ਸੀ। ਬਾਕੀ ਦੂਜੀ ਗੱਲ ਇਹ ਸੀਗੀ ਵੀ ਉਹ ਕਬੱਡੀ ਦੇ ਵਿੱਚ ਤਾਂ ਫਰਕ ਇੰਨਾ ਗੇ ਵੀ ਮੈਂ ਜੇ ਕਬੱਡੀ ਜਿਹੜਾ ਪਾਉਣਾ ਕੋਈ ਕਿਤੇ ਹੀ ਮੇਰੇ ਮਗਰ ਆਉਂਦਾ ਹੁੰਦਾ ਸੀ ਕੋਈ, ਨਹੀਂ ਤਾਂ ਮੈਨੂੰ ਮਹਿਸੂਸ ਹੁੰਦਾ ਜਿੱਦਾਂ ਮੈਂ ਆਪਣੀ ਬੰਬੀ 'ਤੇ ਚਾਹ ਦੇ ਕੇ ਆਇਆ ਵਾਂ, ਇੱਕ ਢੋਲ ਮਾਰਨੀ ਬੰਦਾ ਢੇਰੀ ਨਗਾ ਦਿੰਦਾ ਨਾ ਅਤੇ ਆਪ ਇਕੱਲੇ ਤੁਰੇ ਆਉਣਾ ਜੀ ਜੀ ਜੀ, ਪਿੱਛੇ ਕੋਈ ਹੁੰਦਾ ਹੀ ਨਹੀਂ ਜੀ ਜੀ ਬਿਲਕੁਲ। ਪਰ ਇਹ ਸੀਗਾ ਵੀ ਇਹ ਜਾਨਾਂ ਜਿਹੜੀਆਂ ਉਹ ਜ਼ਰੂਰੀ ਸੀ, ਭਾਵੇਂ ਉੱਥੇ ਜਾਵੇ ਬੰਦਾ ਮਿਹਨਤ ਕਰ ਕਰੇਗਾ ਇੱਦਾਂ
पर जरूर बंदा जिन्ना जरा पर कार्ड नहीं क्यों हर एक मिल्खा सिंह होनी हो साढ़े जिदा प्रीत नडाला जिन्हें ये रिकॉर्ड बजे ने आ वे जिन्हें मुंडे होने साढ़े खेडे हैं जिन्हें चाहे पर रिकॉर्ड च नहीं आते या रूटीन च नहीं आते है ना तो वो प्लेयर ही नहीं क्यों पता नहीं है कच्चा हो चुका ना वो ये है कि वह आप जरूर अपना अपना खर्चा पट्ठा तो ही सकते हैं पर यह दिमाग जरूर कर ला लो भी मता जाए मता नहीं बनना ही मता नहीं कोई बन सकता सुखदेव जी याद करते हैं सारे स्रोतियों का जेडे कि सानू देख रहे ने सुन रहे ने सानू लाइक करते ने जेडे सानू सबसक्राइब करते ने कहना चाहना कि यह नहीं कि जा मैं बहुत सियाना वा बड़ा समझा दिया वा भी नशे से ना जाओ जा मैं आप नहीं किया नशा पर मैं कहना हाँ भी जो गलती हो गई आ तो आप सारे ना गलत हो अपने आप को तंदुरुस्तियों रखिए क्योंकि एक हों मैं बोली जावा भी मैं बड़ा चंगा हाँ मैं तो कुछ चीज़ में कभी मूँह नहीं लाया तो मैं दूजिया वास्ते ये कर गा पर मैं कहना हाँ कि भरा जे गलत कुछ मेरी मजबूरी कोई कन्ना की प्रल करके मेरे को गलती हो गई है तो तुम इस बन्ने वाल कभी ध्यान ना दो बस यो वेखो कि जो मेहनत आ तो खरा क्या दिया सब कुछ ये आते जे कोई मेडिसिन या कोई ये भावें कहीं खिडा सकती है तो फिर बड़े अमरी ने साढ़े ही उन्हें डीक ला के आ थोड़े चिर के बेच चार मुंडे मिल गए ने साढ़े कबड्डी प्लेयर हाँ जी असं उन्होंने कही नशा करके मर गए ये बिल्कुल गल गलत है जी जी तो बाकी भी जोड़े प्लेयर आ जोड़े केंद्र रातों रात स्टार बन जी आप रातों रात भावें जो मर्जी खाना पे साड़ी जड़ी है ना भी सिक्का जमा दिए फड़ के ये सोच गलत है ये जहाज नहीं उड़न वाला जी ये जहाज उड़ो एक खुरा मेहनत करके पूरी खुराक डाइट दस्ती जी जिनी नर्चरी लै गए तो फिर वन जहाज चढ़ना वा इस झूठे सुपने प्ले